ਸੱਚੇ ਬੱਚਿਓ ਅੱਜ ਅਸੀਂ ਕਰਾਂਗੇ ਕਲਾਸ 5ਵੀਂ ਦੀ ਹਿੰਦੀ ਦਾ ਪਾਠ ਨੰਬਰ 19 ਤੇ ਪਾਠ ਦਾ ਨਾਮ ਹੈ ਅਨਮੋਲ ਸਿੱਖ ਅਨਮੋਲ ਮਤਲਬ ਪ੍ਰੀਸ਼ੀਅਸ ਬੜਾ ਹੀ ਕੀਮਤੀ ਤੇ ਸਿੱਖ ਮਤਲਬ ਕੋਈ ਸਿੱਖਿਆ ਇਸ ਕਹਾਣੀ ਦੇ ਵਿੱਚ ਸਾਨੂੰ ਗੁਰੂ ਨਾਨਕ ਦੇਵ ਜੀ ਇੱਕ ਬੜੀ ਹੀ ਵਧੀਆ ਸਿੱਖਿਆ ਦੇ ਰਹੇ ਨੇ ਪਹਿਲੇ ਅਸੀਂ ਇਸ ਕਹਾਣੀ ਨੂੰ ਪੜਾਂਗੇ ਅਤੇ ਉਸ ਤੋਂ ਬਾਅਦ ਇਸ ਕਹਾਣੀ ਦੇ ਪ੍ਰਸ਼ਨ ਉੱਤਰ ਕਰਾਂਗੇ ਤੇ ਬੱਚਿਓ ਚਲੋ ਇਸ ਕਹਾਣੀ ਨੂੰ ਪੜਨਾ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪ੍ਰਥਮ ਗੁਰੂ ਥੇ ਪ੍ਰਥਮ ਮਤਲਬ ਪਹਿਲੇ ਉਹਨਾਂ ਨੇ ਛੋਟੇ-ਛੋਟੇ ਗੁਨਟਾਓ ਜਾਂ ਬਾਤਚਿੱਤ ਕੇ ਦੁਆਰਾ ਜੀਵਨ ਕੀ ਗੂੜ ਬਾਤੋ ਕੋ ਸਮਝਾਇਆ ਹੈ ਗੂੜ ਮਤਲਬ ਡੂੰਘੀਆਂ ਗੱਲਾਂ ਜਿਹੜੇ ਸਾਡੇ ਜ਼ਿੰਦਗੀ ਦੀਆਂ ਡੂੰਘੀਆਂ ਗੱਲਾਂ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਵਾ ਗੁਰੂ ਜੀ ਨੇ ਮਾਨਵਤਾ ਕੇ ਕਲਿਆਣ ਕੇ ਲਿਏ ਦੇਸ਼ ਵਿਦੇਸ਼ ਮੇਂ ਅਨੇਕ ਯਾਤਰਾਇਂ ਕੀ ਮਾਨਵਤਾ ਦਾ ਮਤਲਬ ਮਨੁੱਖਾਂ ਦੇ ਭਲੇ ਵਾਸਤੇ ਕਲਿਆਣ ਦੇ ਵਾਸਤੇ ਉਹਨਾਂ ਨੇ ਦੇਸ਼ ਵਿਦੇਸ਼ ਜਾ ਕੇ ਬੜੀਆਂ ਯਾਤਰਾਵਾਂ ਕੀਤੀਆਂ ਤੇ ਲੋਕਾਂ ਨੂੰ ਸਿੱਖਿਆ ਦਿੱਤੀ। ਇਨ ਯਾਤਰਾਵਾਂ ਦੇ ਦੌਰਾਨ ਉਹਨਾਂ ਦਾ ਸਾਥੀ ਭਾਈ ਮਰਦਾਨਾ ਹਮੇਸ਼ਾ ਉਹਨਕੇ ਸਾਥ ਰਹਿਤਾ ਥਾ। ਤੇ ਜਦੋਂ ਵੀ ਗੁਰੂ ਨਾਨਕ ਦੇਵ ਜੀ ਯਾਤਰਾ ਤੇ ਜਾਂਦੇ ਸੀ ਤੇ ਉਹਨਾਂ ਦਾ ਜਿਹੜਾ ਦੋਸਤ ਸੀਗਾ ਉਹਨਾਂ ਦਾ ਜਿਹੜਾ ਫਰੈਂਡ ਸੀਗਾ ਭਾਈ ਮਰਦਾਨਾ ਜੀ ਉਹ ਹਮੇਸ਼ਾ ਗੁਰੂ ਨਾਨਕ ਦੇਵ ਜੀ ਦੇ ਨਾਲ ਜਾਂਦੇ ਸੀ। एक बार यात्रा करते करते गुरुजी एक गांव में पहुंचे गांव मतलब पिंड वहां के लोग बड़े रूखे स्वभाग के थे उन्होंने गुरुजी को ठहरने के लिए नहीं कहा वहां से जाते समय गुरुजी ने कहा जे गांव बसा रहे तो होया एक बार गुरु नानक देव जी यात्रा कर रहे थे ਉਹ ਇੱਕ ਪਿੰਡ ਵਿੱਚ ਪਹੁੰਚੇ ਤੇ ਜਿੱਥੇ ਉਹ ਪਿੰਡ ਦੇ ਲੋਕ ਬੜੇ ਹੀ ਰੁੱਖੇ ਜੇ ਸੀਗੇ ਹਨਾ ਉਹਨਾਂ ਦਾ ਜਿਹੜਾ ਸੁਭਾਅ ਸੀ ਬੜਾ ਅਜੀਬ ਜਿਹਾ ਸੀ ਉਹਨਾਂ ਨੇ ਨਾ ਤਾਂ ਗੁਰੂ ਨਾਨਕ ਦੇਵ ਜੀ ਨੂੰ ਰੁਕਣ ਵਾਸਤੇ ਕਿਹਾ ਮਤਲਬ ਕਿ ਵੀ ਨਹੀਂ ਕਿਹਾ ਕਿ ਤੁਸੀਂ ਸਾਡੇ ਪਿੰਡ ਦੇ ਵਿੱਚ ਰੁਕ ਜਾਵੋ ਠੀਕ ਹੈ ਤੇ ਫਿਰ ਗੁਰੂ ਨਾਨਕ ਦੇਵ ਜੀ ਜਦੋਂ ਪਿੰਡ ਛੱਡਣ ਲੱਗੇ ਤੇ ਉਹਨਾਂ ਨੇ ਕੀ ਕਿਹਾ ਸੀ ਇਹ ਜਿਹੜਾ گاਮ ਹੈ ਬਸਾ ਰਹੇ ਮਤਲਬ ਕਿ ਇਹ ਜਿਹੜਾ گاਮ ਹੈ ਵਸਦਾ ਰਵੇ ਚਲਤੇ ਚਲਤੇ ਗੁਰੂ ਜੀ ਦੂਸਰੇ گاਉਂ ਮੇ ਪਹੁੰਚੇ उस गांव के लोगों ने गुरुजी को और पाईमरदाना को बांध बांध के भोजन पांत पांत मतलब कि बखरे बखरे डिफरेंट डिफरेंट वैरायटी के भोजन प्रेम पूर्वक परोसे प्रेम पूर्वक मतलब बड़े प्यार दे गांव के लोगों ने गुरुजी के विचार बड़े ध्यान से सुने जब गुरुजी वहां से जाने लगे तो उन्होंने कहा जे गांव उज्जर जाए उजड़ जाए मीन्स तबाह हो जाए ਤੇ ਫਿਰ ਕਿਉਂ ਆ ਗੁਰੂ ਨਾਨਕ ਦੇਵ ਜੀ ਫਿਰ ਦੂਸਰੇ ਪਿੰਡ ਪਹੁੰਚੇ ਉੱਥੇ ਦੇਖਿਆ ਗੁਰੂ ਨਾਨਕ ਦੇਵ ਜੀ ਨੇ ਕਿ ਉਸ ਪਿੰਡ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਬੜੇ ਡਿਫਰੈਂਟ ਡਿਫਰੈਂਟ ਜਿਹੜੇ ਭੋਜਨ ਹੀ ਖਾਣ ਨੂੰ ਦਿੱਤੇ ਜਿਹੜੇ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਸੀ ਵਿਚਾਰ ਸੀ ਜਿਹੜੀਆਂ ਸਿੱਖਿਆਵਾਂ ਸੀ ਉਹ ਬੜੇ ਧਿਆਨ ਨਾਲ ਸੁਨੀਆਂ ਤੇ ਗੁਰੂ ਨਾਨਕ ਦੇਵ ਜੀ ਜਦੋਂ ਉਸ ਪਿੰਡ ਤੋਂ ਜਾਣ ਲੱਗੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਿੰਡ ਹੈ ਇਹ ਉੱਜੜ ਜਾਵੇ ਹੁਣ ਅਸੀਂ ਦੇਖਾਂਗੇ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ ਕਿਉਂਕਿ ਉਹ ਪਿੰਡ ਦੇ ਲੋਕ ਤੇ ਬੜੇ ਅੱਛੇ ਸੀਗੇ ਬੜੇ ਵਧੀਆ ਸੀਗੇ ਫਿਰ ਵੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਕਿ ਉੱਜੜ ਜਾਓ ਹੁਣ ਅਸੀਂ ਅੱਗੇ ਪੜਾਂਗੇ ਤੇ ਸਾਨੂੰ ਇਸ ਗੱਲ ਦਾ ਉੱਤਰ ਮਿਲੇਗਾ ਕਿ ਉਹਨਾਂ ਨੇ ਕਿਉਂ ਕਿਹਾ ਸੀਗਾ ਕਿ ਇਹ ਜਿਹੜਾ ਪਿੰਡ ਹੈ ਉੱਜੜ ਜਾਏ ਪਾਈ ਮਰਦਾਨਾ ਬਹੁਤ ਹੈਰਾਨ ਹੁਆ ਔਰ ਕਹਿਨੇ ਲਗਾ ਗੁਰੂ ਜੀ ਇਹ ਕੀ ਜਿਸ گاؤں ਕੇ ਲੋਕੋ ਨੇ ਆਪਕੋ ਪਾਣੀ ਤੱਕ ਨਹੀਂ ਪੁੱਛਾ ਉਸਕੇ ਬਾਰੇ ਮੈਂ ਆਪਨੇ ਕਿਹਾ ਕਿ ਜੇ گاؤں ਬਸਾ ਰਹੇ ਔਰ ਜਿਸ گاؤں ਕੀ ਲੋਗਾਂ ਨੇ ਆਪਕੀ ਇਤਨੀ ਸੇਵਾ ਕੀਤੀ ਉਹਨੇ ਆਪ ਉਜੜ ਜਾਣੇ ਦਾ ਸ਼ਰਾਪ ਦੇ ਰਹੇ ਹਨ ਜੀ ਬਾਤ ਕੀ ਹੈ ਤਾਂ ਉਸ ਤੋਂ ਬਾਅਦ ਪਾਈ ਮਰਦਾਨਾ ਜੀ ਵੀ ਹੈਰਾਨ ਹੋ ਗਏ ਜਿਸ ਤਰ੍ਹਾਂ ਅਸੀਂ ਲੋਗ ਹੈਰਾਨ ਹੋ ਗਏ ਨਾ ਆਪ ਸੋਚ ਕੇ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ ਕਿ ਜਿਹੜੇ ਲੋਕਾਂ ਨੇ ਇੰਨੇ ਵਧੀਆ ਤਰੀਕੇ ਨਾਲ ਸੇਵਾ ਕੀਤੀ ਉਹਨਾਂ ਨੂੰ ਕਿਹਾ ਉਜੜ ਜਾਓ ਤੇ ਜਿਹੜੇ ਲੋਕਾਂ ਨੇ ਪੁੱਛਿਆ ਵੀ ਨਾ ਤੇ ਉਹਨਾਂ ਨੂੰ ਕਿਹਾ ਵਸਦੇ ਰਹੋ ਇਹੀ ਜਿਹੜੀ ਗੱਲ ਸੀਗੀ ਪਾਈ ਮਰਦਾਨਾ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਕਹੀ ਤੇ ਹੁਣ ਦੇਖਦੇ ਆ ਗੁਰਨਾਨਕ ਦੇਵ ਜੀ ਕੀ ਉੱਤਰ ਦਿੰਦੇ ਨੇ ਗੁਰੂ ਜੀ ਕਹਿਣੇ ਲੱਗੇ ਬਾਈ ਮਰਦਾਨਾ ਪਹਿਲੇ گاؤں ਦੇ ਲੋਕਾਂ ਦਾ ਵਿਹਾਰ ਅੱਛਾ ਨਹੀਂ ਥਾ ਵਿਹਾਰ ਮਤਲਬ ਲੋਕਾਂ ਦਾ ਜਿਹੜਾ ਸੁਭਾਅ ਸੀਗਾ ਉਹਨਾਂ ਦਾ ਜਿਹੜਾ ਬੋਲ ਚਾਲ ਦਾ ਉਹਨਾਂ ਦਾ ਜੋ ਵੀ ਸੀਗਾ ਉਹ ਚੰਗਾ ਨਹੀਂ ਸੀਗਾ ਇਸ ਲਈ ਵੇ ਲੋਕ ਜਹਾਂ ਵੀ ਜਾਣਗੇ ਆਪਣੀ ਬੁਰੀਾਈ ਫੈਲਾਉਣਗੇ ਉਹਨ ਲੋਕਾਂ ਨੂੰ ਆਪਣੇ گاؤں ਮੇਂ ਰਹਿਣਾ ਹੀ ਠੀਕ ਹੈ ਤੇ ਗੁਰੂ ਜੀ ਨੇ ਕੀ ਕਿਹਾ ਕਿ ਜਿਹੜਾ ਪਹਿਲੇ گاؤں ਚ ਸੀਗੇ ਜਿੱਥੇ ਸਾਨੂੰ ਲੋਕਾਂ ਨੇ ਨਹੀਂ ਸੀ ਪੁੱਛਿਆ ਉਹ ਲੋਕਾਂ ਦੇ ਜਿਹੜਾ ਵਿਹਾਰ ਸੀਗਾ ਸੁਭਾਵ ਸੀਗਾ ਉਹ ਚੰਗਾ ਨਹੀਂ ਸੀਗਾ ਇਸ ਕਰਕੇ ਇਹ ਜਿਹੜੇ ਲੋਕ ਹੈ ਕਿਤੇ ਵੀ ਜਾਣਗੇ ਤੇ ਇਹਨਾਂ ਨੇ ਉੱਥੇ ਵੀ ਜਾ ਕੇ ਬੁਰਾਈ ਹੀ ਫਲੋਨੀਆ ਦੂਸਰੇ گاؤں کے لوگوں کا ਵਿਹਾਰ ਬਹੁਤ اچھا تھا وہ جہاں بھی جائیں گے अच्छाई ਫੈਲਾئیں گے ہم چاہتے ہیں کہ अच्छाई अधिक से अधिक फैले इसलिए मैंने उजे उजर जाने को कहा तो ਹੁਣ ਸਮਝ ਆਇਆ ਬੱਚੋ ਕਿਉਂਕਿ ਆ ਉਹਨਾਂ ਨੇ ਉજર ਜਾਣੇ کو ਕਿ ਜਿਹੜੇ ਚੰਗੇ ਲੋਕ ਹੈ ਕਿਤੇ ਵੀ ਜਾਣਗੇ ਉਹ ਹਮੇਸ਼ਾ ਆਪਣੀਆਂ ਜਿਹੜੀਆਂ ਚੰਗੀਆਂ ਗੱਲਾਂ ਆਪਣੀ ਜਿਹੜੀ ਚੰਗਿਆਈ ਆ ਉਹ ਦੂਸਰਿਆਂ ਤੱਕ ਪਹੁੰਚਾਉਣਗੇ ਅਗਰ ਬੁਰੇ ਲੋਕ ਕਿਤੇ ਜਾਣਗੇ ਤਾਂ ਉਹ ਆਪਣੀਆਂ ਬੁਰੀਆਂ ਗੱਲਾਂ ਬੁਰੇ ਵਿਚਾਰ ਦੂਸਰਿਆਂ ਤੱਕ ਪਹੁੰਚਾਉਣਗੇ ਤੇ ਗੁਰੂ ਨਾਨਕ ਦੇਵ ਜੀ ਚਾਹੁੰਦੇ ਸੀ ਕਿ ਜਿਹੜੀ ਚੰਗਿਆਈ ਆ ਉਹ ਘਰ ਘਰ ਦੇ ਵਿੱਚ ਪੁੱਜੇ ਠੀਕ ਹੈ ਇਸ ਕਰਕੇ ਉਹਨਾਂ ਨੇ ਜਿਹੜੇ ਚੰਗੇ ਲੋਕ ਸੀਗੇ ਉਹਨਾਂ ਨੂੰ ਕਿਹਾ ਸੀਗਾ ਵੀ ਉੱਜੜ ਜਾਓ ਵੀ ਉੱਜੜ ਕੇ ਅਗਰ ਦੂਸਰੀ ਜਗ੍ਹਾ ਤੇ ਜਾਣਗੇ ਦੂਸਰੇ ਪਿੰਡਾਂ 'ਚ ਸ਼ਹਿਰਾਂ 'ਚ ਜਾਣਗੇ ਤੇ ਉੱਥੇ ਜਾ ਕੇ ਵੀ ਉਹ ਚੰਗਿਆਈ ਹੀ ਫਲਾਨਗੇ ਚੰਗੀਆਂ ਗੱਲਾਂ ਹੀ ਦੂਸਰਿਆਂ ਨੂੰ ਸਮਝਾਨਗੇ ਜੇ ਸੁਣ ਕੇ ਪਾਈ ਮਰਦਾਨਾ ਕਹਿ ਉठा ਵਾਹ ਗੁਰੂ ਜੀ ਵਾਹ ਠੀਕ ਹੈ ਫਿਰ ਪਾਈ ਮਰਦਾਨਾ ਜੀ ਨੇ ਵੀ ਕਿਹਾ ਕਿ ਵਾਹ ਗੁਰੂ ਜੀ ਠੀਕ ਹੈ ਇਹਦੇ ਨਾਲ ਸਾਡੀ ਇਹ ਕਹਾਣੀ ਖਤਮ ਹੁੰਦੀ ਹੈ ਬੱਚਿਓ ਇਹ ਕਹਾਣੀ ਵੀ ਹੈ ਤੇ ਇੱਕ ਰੀਅਲ ਸਟੋਰੀ ਵੀ ਹੈ ਜਿਹੜੀ ਸਾਨੂੰ ਸੱਚੀ ਜਿਹੀ ਇੱਕ ਸਬਕ ਦੇ ਰਹੀ ਹੈ ਕਿ ਸਾਨੂੰ ਹਮੇਸ਼ਾ ਚੰਗਿਆਈ ਦੇ ਰਸਤੇ ਤੇ ਹੀ ਚੱਲਣਾ ਚਾਹੀਦਾ ਹੈ ਉਸ ਸਚਾਈ ਨੂੰ ਕਦੀ ਨਹੀਂ ਛੱਡਣਾ ਚਾਹੀਦਾ ਹਮੇਸ਼ਾ ਦੂਸਰੇ ਦੇ ਨਾਲ ਪਿਆਰ ਨਾਲ ਬੋਲਣਾ ਚਾਹੀਦਾ ਦੂਸਰੇ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਠੀਕ ਹੈ ਇਹ ਜਿਹੜੀਆਂ ਚੰਗੀਆਂ ਗੱਲਾਂ ਵਾਂ ਸਾਨੂੰ ਵੀ ਪਸੰਦ ਆਉਂਦੀਆਂ ਵਾਂ ਸਾਡੇ ਪੇਰੈਂਟਸ ਨੂੰ ਵੀ ਪਸੰਦ ਆਉਂਦੀਆਂ ਤੇ ਅਸੀਂ ਜਿਸ ਇਨਸਾਨ ਦੇ ਲਈ ਕਰ ਰਹੇ ਹਾਂ ਇਹ ਸਾਰੀ ਚੰਗਿਆਈ ਉਸ ਨੂੰ ਵੀ ਪਸੰਦ ਆਏਗੀ ਔਰ ਸਭ ਤੋਂ ਵੱਡੀ ਗੱਲ ਸਾਡੇ ਪਰਮਾਤਮਾ ਨੂੰ ਵੀ ਸਾਡੀਆਂ ਚੰਗੀਆਂ ਗੱਲਾਂ ਹੀ ਚੰਗੀਆਂ ਲੱਗਣਗੀਆਂ ਬੁਰਿਆ ਨਹੀਂ ਇਸ ਕਰਕੇ ਕਦੀ ਗੁੱਸਾ ਨਹੀਂ ਚੜਾਣਾ ਗੁੱਸੇ ਦੇ ਵਿੱਚ ਆ ਕੇ ਕਦੀ ਕਿਸੇ ਨੂੰ ਕੁਝ ਬੈਡ ਵਰਡਸ ਮੀਨਸ ਕੀ ਬੁਰਾ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਸਾਰਿਆਂ ਨਾਲ ਪਿਆਰ ਨਾਲ ਬੋਲਣਾ ਚਾਹੀਦਾ ਸਪੈਸ਼ਲੀ ਆਪਣੇ ਪੇਰੈਂਟਸ ਦੇ ਨਾਲ ਟੀਚਰਸ ਦੇ ਨਾਲ ਦੇ ਫਰੈਂਡਸ ਦੇ ਹੁਣ ਸਿਸਦਾ ਅਭਿਆਸ ਕਰਾਂਗੇ ਅਭਿਆਸ ਦੇ ਵਿੱਚ ਸਾਡਾ ਪਹਿਲਾ ਕੁਐਸਚਨ ਹੈ ਬੱਚਿਓ ਇਹਦੇ ਵਿੱਚ ਜਗਾ ਘੱਟ ਸੀ ਤੇ ਮੈਂ ਕੁਐਸਚਨ ਆਨਸਰ ਥੋੜੇ ਉੱਪਰ ਉੱਪਰ ਲਿਖਿਆ ਲੇਕਿਨ ਮੈਂ ਨੰਬਰ ਪਾਈ ਹੋਇਆ ਤੁਸੀਂ ਨੰਬਰਾਂ ਤੋਂ ਪਹਿਚਾਨ ਸਕਦੇ ਹੋ ਪਹਿਲਾ ਕੁਐਸਚਨ ਹੈ ਸਾਡਾ ਸਿੱਖ ਧਰਮ ਦੇ ਪਹਿਲੇ ਗੁਰੂ ਦਾ ਨਾਮ ਲਿਖੋ ਇਹ ਤਾਂ ਮੈਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਪੈਣੀ ਤੁਹਾਨੂੰ ਕਿ ਕਿਹੜੇ ਗੁਰੂ ਸੀਗੇ ਪਹਿਲੇ ਸੀਗੇ ਗੁਰੂ ਨਾਨਕ ਦੇਵ ਜੀ दूसरा है गुरु जी के साथी का नाम क्या था मीनस कि गुरु नानक देव जी के दे फ्रेंड से जड़े जड़े उन्होंने हमेशा हर हाँ यात्रा से रहें नाम की सी मरदाना तीसरा है जिस गाँव के लोगों का स्वभाव रूखा था गुरु जी ने उन्हें उनके लिए क्या कहा तो यहाँ उत्तर आएगा ये गाँव बसा रहे क्या कहा था कि जहाँ ये पिंड है वो बसदा ही रहे जिन गांव के लोगों का स्वभाव अच्छा था गुरुजी ने उनके लिए क्या कहा उनके लिए कहा था जे गांव उजड़ जाए चौथा नंबर ठीक है जे गांव उजड़ जाए नेक्स्ट है पचवा गुरु ने उजड़ने का श्राप क्यों दिया तो यहाँ उत्तर मैं तुम्हें तो पहले भी दस चुकी कि गुरु नानक देव जी चाहते थे कि जी अच्छाई है वह फैले लेकिन असं इस हिंदी लिखते हाँ अच्छाई फैलाने के लिए नैक्सट है फिलिंग्स दी ब्लैंक वाक्य पूरे करो डैश सिख धर्म के प्रथम गुरु थे ये ਤੁਸੀਂ ਖੁਦ ਕਰੋਗੇ ਦੂਸਰਾ ਉਨ੍ਹਾਂ ਸਾਥੀ डैश ਹਮੇਸ਼ਾ ਉਨ੍ਹਾਂ ਦੇ ਸਾਥ ਰਹਿਤਾ ਥਾ ਤਾਂ ਇਧਰ ਆਏਗਾ ਮਰਦਾਨਾ ਬੱਚਿਓ ਮਰਦਾਨਾ ਦੀ ਸਪੈਲਿੰਗ ਇਸ ਤਰ੍ਹਾਂ ਵੀ ਆਉਂਦੇ ਨੇ ਤੇ ਮਾ ਰ ਦ ਅ ਆ ਕੀ ਮਾਤਰਾ ਨ ਆ ਕੀ ਮਾਤਰਾ ਮਰਦਾਨਾ ਇਸ ਤਰ੍ਹਾਂ ਵੀ ਆਉਂਦਿਆ ਤੁਹਾਨੂੰ ਜਿਸ ਤਰ੍ਹਾਂ ਵੀ ਚੰਗੇ ਲੱਗਣਗੇ ਤੁਸੀਂ ਦੇਖ ਲਿਓ ਨੈਕਸਟ ਹੈ ਉਜੜ ਜਾਓ ਔਰ डैश ਮੀਨਸ ਕਿ ਉੱਜੜ ਜਾਓ ਔਰ ਅਛਾਈ ਫਲਾਓ ਦੂਸਰਾ ਗੁਰੂ ਜੀ ਨੇ ਮਾਨਵਤਾ ਕੇ ਡੈਸ਼ ਕੇ ਲਿਏ ਅਨੇਕ ਯਾਤਰਾਇਨ ਕੀ ਇਹਦੇ ਵਿੱਚ ਆਏਗਾ ਕਲਿਆਣ ਕੇ ਮਨੁੱਖਤਾ ਦੇ ਭਲੇ ਵਾਸਤੇ ਗੁਰੂ ਜਾਨਨਿਕ ਦੇਵ ਜੀ ਨੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਨੈਕਸਟ ਹੈ ਲਿਖੋ ਦਸਰਾ ਘਟਨਾ ਘਟਨਾਇਨ ਮੀਨਸ ਕਿ ਇਕਵਚਨ ਤੋਂ ਬਹੁਵਚਨ ਲੱਗ ਰਿਹਾ ਹੈ ਕਿ ਘਟਨਾ ਘਟਨਾਇਨ ਯਾਤਰਾ ਯਾਤਰਾਇਨ ਬੱਚਿਓ ਜਿੱਥੇ ਚੰਦ ਬਿੰਦੂ ਆਣਾ ਹੈ ਨਾ ਜਿਸ ਤਰ੍ਹਾਂ ਉੱਪਰ ਪਿਆ ਹੋਇਆ ਹੈ A ਦੇ ਉੱਪਰ ਚੰਦ ਬਿੰਦੂ ਹਨਾ ਇਸੇ ਤਰ੍ਹਾਂ ਜਿਹੜਾ A ਦੇ ਉੱਪਰ ਵੀ ਤੁਸੀਂ ਚੰਦ ਬਿੰਦੂ ਪਾਣਾ ਹੈ ਮੈਂ ਜਿਹੜਾ ਸੌਫਟਵੇਅਰ ਯੂਜ਼ ਕਰ ਰਹੀ ਸੀ ਉਹਦੇ ਵਿੱਚ ਮੀਨਸ ਕੀ ਚੰਦ ਬਿੰਦੂ ਨਹੀਂ ਸੀ ਪੈ ਰਿਹਾ ਇੱਕ ਇੱਥੇ ਚੰਦ ਬਿੰਦੂ ਪਏਗਾ ਔਰ ਇੱਕ ਇੱਥੇ ਮੈਂ گاਉਂ ਲਿਖਿਆ ਹੋਏਗਾ ਹਾਂ گاਉਂ ਦੇ ਉੱਪਰ ਵੀ ਚੰਦ ਬਿੰਦੂ ਹੀ ਪਏਗਾ ਉੱਪਰ ਠੀਕ ਹੈ ਹੁਣ ਨੈਕਸਟ ਹੈ ਬੁਰਾਈ ਮਤਲਬ ਬੁਰਾਈਆਂ ਤੇ ਯਾਤਰਾ ਯਾਤਰਾएं ਅਛਾਈ ਮਤਲਬ ਅਛਾਈਆਂ ਅਛਾਈਆਂ ਦੇ ਉੱਪਰ ਵੀ ਚੰਦ ਬਿੰਦੂ ਆਏਗਾ ਨੈਕਸਟ ਹੈ ਸਿੱਖ ਧਰਮ ਦੇ 10 ਗੁਰੂਆਂ ਦੇ ਨਾਮ ਲਿਖੋ ਇਹ ਤੁਸੀਂ ਖੁਦ ਵੀ ਲਿਖ ਸਕਦੇ ਹੋ ਅਗਰ ਤੁਹਾਨੂੰ ਨਹੀਂ ਪਤਾ ਤੇ ਪਹਿਲੇ ਤੇ ਤੁਸੀਂ ਇਹਨੂੰ ਲਿਖਣਾ ਹੈ ਤੇ ਦੂਸਰਾ ਇਹਨੂੰ ਯਾਦ ਵੀ ਕਰਨਾ ਹੈ ਪਹਿਲਾ ਗੁਰੂ ਪਹਿਲੇ ਗੁਰੂ ਨਾਨਕ ਅ ਪਹਿਲੇ ਗੁਰੂ ਜੀ ਦਾ ਕੀ ਨਾਮ ਹੈ ਗੁਰੂ ਨਾਨਕ ਦੇਵ ਜੀ ਦੂਸਰੇ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਸੀ ਸ੍ਰੀ ਗੁਰੂ ਅਮਰਦਾਸ ਜੀ ਤੇ ਚੌਥੇ ਸ੍ਰੀ ਗੁਰੂ ਰਾਮਦਾਸ ਜੀ

ਇਦੇ ਨਾਲ ਸਾਡਾ ਇਹ ਪਾਠ ਵੀ ਖਤਮ ਹੁੰਦਾ ਹੈ ਅੱਜ ਕਰਦੀਆਂ ਕਿ ਮੈਂ ਜਿਸ ਤਰ੍ਹਾਂ ਇਸ ਪਾਠ ਨੂੰ ਪੜਾਉਂਦੇ ਇੰਜਜੋਏ ਕੀਤਾ ਹੈ ਤੁਸੀਂ ਇਸ ਪਾਠ ਨੂੰ ਪੜ੍ਹਦੇ ਵੀ ਇੰਜਜੋਏ ਕੀਤਾ ਹੋਏਗਾ ਤੇ ਲਿਖਦੇ ਵੀ ਇੰਜਜੋਏ ਕੀਤਾ ਹੋਏਗਾ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਡਾ ਇੱਕ ਕਮੈਂਟ ਆਏਗਾ ਤੇ ਮੈਨੂੰ ਬਹੁਤ ਅੱਛਾ ਲੱਗੇਗਾ ਕਿ ਬੱਚਿਆਂ ਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਮਿਲਦੇ ਹਾਂ ਨੈਕਸਟ ਵੀਡੀਓਜ਼